ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਇੰਟਰਟੇਨਮੈਂਟ ਦੇ ਘੈਂਟ ਸ਼ੋਅ ਦੇ ਵਿਦੇਸ਼ ਤੇ ਵਿਦੇਸ਼ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਕਰਦੇ ਹਾਂ ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਦੇਖਦੇ ਹਾਂ ਹਾਈਲਾਈਟਸ। ਸੋ ਦੋਸਤੋ, ਸਮਾਰਟ ਸਿਟੀ ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿੱਚ ਲਗਾਈ ਗਈ ਫੋਟੋ ਐਗਜ਼ੀਬਿਸ਼ਨ, ਜਿਹਦੇ ਆਰਟਿਸਟ ਸੀਗੇ ਦਵਿੰਦਰਪਾਲ ਸਿੰਘ ਰੰਗੀ। ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਫੋਟੋ ਐਗਜ਼ੀਬਿਸ਼ਨ ਤੇ। ਵਾਹ ਜੀ ਵਾਹ ਦੋਸਤੋ, ਹਰ ਫੋਟੋ ਇੱਕ ਕਹਾਣੀ ਬਿਆਨ ਕਰ ਰਹੀ ਸੀਗੀ। ਸੋ ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਫੋਟੋ ਆਰਟਿਸਟ ਦਵਿੰਦਰਪਾਲ ਸਿੰਘ ਰੰਗੀ ਨਾਲ, ਉਹ ਨਾਲ ਹੀ ਕੁਝ ਲੁਧਿਆਣਵੀ ਇਸ ਨਾਲ। ਆਓ ਦੇਖਦੇ ਹਾਂ ਇੱਕ ਰਿਪੋਰਟ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਤੁਸੀਂ ਅੱਜ ਫੋਟੋ ਐਗਜ਼ੀਬਿਸ਼ਨ ਲਗਾਈ, ਮੈਂ ਦੇਖਿਆ ਕਿ 100 ਤੋਂ ਜ਼ਿਆਦਾ ਸਾਰੀਆਂ ਫੋਟੋਜ਼ ਇੱਕ ਤੋਂ ਇੱਕ ਹੈਗੀਆਂ ਨੇ, ਕੀ ਕਹੋਗੇ ਸਰ? ਐਕਚੁਅਲੀ ਮੈਂ ਇਹ ਆਪਣੇ ਪਿੰਡਾਂ ਦਾ ਕਲਚਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਪਿਕਚਰਾਂ ਰਾਹੀਂ, ਅਤੇ ਜਿਸ ਤਰ੍ਹਾਂ ਮੇਰੀਆਂ ਪਿਕਚਰਾਂ ਵਿੱਚ ਤੁਸੀਂ ਦੇਖੋਗੇ ਦੁੱਧ ਚੋਂਦੇ ਸਵੇਰੇ ਸਵੇਰੇ, ਅਤੇ ਪਾਥੀਆਂ ਬਣਾਉਂਦੇ, ਅਤੇ ਉਸਦੇ ਵਿੱਚ ਸਾਗ, ਬਿਲਕੁਲ ਬਿਲਕੁਲ, ਬਜ਼ੁਰਗ ਮਾਤਾ ਸਾਗ ਬਣਾਉਂਦੀ, ਇਹ ਚੀਜ਼ਾਂ ਬਜ਼ੁਰਗ ਆਥਣ ਵੇਲੇ ਸੱਥਾਂ ਦੇ ਵਿੱਚ ਬੈਠੇ ਗੱਪਾਂ ਮਾਰ ਰਹੇ ਨੇ, ਅਤੇ ਪਿੰਡਾਂ ਦੇ ਟੋਭੇ, ਬਿਲਕੁਲ, ਇਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਭਾਈ, ਤੁਹਾਨੂੰ ਇਹ ਸ਼ੌਂਕ ਕਦੋਂ ਪਿਆ? ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ। ਮੈਂ ਜਿੱਦਾਂ ਆਪਣੇ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵੀ ਆਪਣੇ ਬਜ਼ੁਰਗ ਕੀ ਕਰ ਰਹੇ ਨੇ, ਕੀ ਕਿੱਧਰ ਨੂੰ ਜਾ ਰਹੇ ਨੇ, ਕਿਵੇਂ ਕੰਮ ਕਰ ਰਹੇ ਨੇ, ਅਤੇ ਵਿਹਲੇ ਹੋ ਕੇ ਸੱਥਾਂ 'ਚ ਬੈਠੇ ਨੇ, ਗੱਲਾਂ ਮਾਰ ਰਹੇ ਨੇ, ਉਹ ਚੀਜ਼ਾਂ ਮੈਂ ਆਪਣੀ ਫੋਟੋਆਂ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਦਾ ਕਲਚਰ। ਸੋ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗਾ ਵੀ ਪਿੰਡਾਂ ਦੇ ਕਲਚਰ ਦੇ ਨਾਲ ਜੁੜਨ, ਅਤੇ ਸਾਡੀ ਇਹੀ ਕੋਸ਼ਿਸ਼ ਆ ਵੀ ਇਹ ਆਪਣੀਆਂ ਪਿਕਚਰਾਂ ਦੇ ਰਾਹੀਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਪਿੰਡਾਂ ਦੇ ਕਲਚਰ ਦੇ ਬਾਰੇ ਦੱਸਿਆ ਜਾਵੇ ਅਤੇ ਉਹਨਾਂ ਨੂੰ ਨਾਲ ਜੋੜਿਆ ਜਾਵੇ। ਠੀਕ ਹੈ ਬਾਈ, ਥੈਂਕ ਯੂ ਸੋ ਮੱਚ। ਥੈਂਕ ਯੂ। ਸੋ ਸਰ, ਅੱਜ ਲੁਧਿਆਣੇ ਦੇ ਵਿੱਚ ਦਵਿੰਦਰਪਾਲ ਸਿੰਘ ਜੀ ਨੇ ਜਿਹੜੀ ਫੋਟੋ ਐਗਜ਼ੀਬਿਸ਼ਨ ਲਗਾਈ ਹੈ ਪੰਜਾਬੀ ਭਵਨ ਦੇ, ਤੁਸੀਂ ਅੱਜ ਦੇਖਿਆ, ਤੁਹਾਨੂੰ ਕਿੱਦਾਂ ਹੀ ਲੱਗੀ ਸਰ? ਕੀ ਦੱਸੋ? ਬਹੁਤ ਅੱਛੀ ਹੈ, ਜੀਵਨ ਦੇ ਰੰਗ ਦਿਖਾਲੇ ਆ ਉਹਨੇ ਆਪਣੇ ਪਿੰਡਾਂ ਦੇ, ਆਪਣੇ ਇਲਾਕੇ ਦੇ, ਜਿਹੜੇ ਚੀਜ਼ਾਂ ਹਾਲੇ ਖਤਮ ਨਹੀਂ ਹੋਈਆਂ ਜਾਂ ਖਤਮ ਹੋ ਰਹੀਆਂ ਉਹਨਾਂ ਦੀ ਇੱਕ ਉਹਨੇ ਝਲਕ ਦਿਖਾਈ ਆ। ਵਧੀਆ ਗੱਲ ਹੈ, ਕਿਉਂਕਿ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ, ਅਤੇ ਉਹ ਤਾਂ ਹੀ ਮਤਲਬ ਇਹ ਅਸੀਂ ਜਿਹੜੇ ਆ ਅਗਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗੇਗਾ ਅਗਰ ਅਸੀਂ ਹੁਣ ਡਾਕੂਮੈਂਟੇਸ਼ਨ ਕਰਾਂਗੇ। ਹਾਲੇ ਬਹੁਤ ਕੁਛ ਪਿਆ ਹੈਗਾ ਸਾਡੇ ਪਿੰਡਾਂ ਦੇ ਵਿੱਚ, ਸਾਡੇ ਆਲੇ ਦੁਆਲੇ, ਜਿਹਨੂੰ ਡਾਕੂਮੈਂਟੇਸ਼ਨ ਕਰਨ ਦੀ ਲੋੜ ਹੈ। ਬਹੁਤ ਕੁਛ ਖਤਮ ਵੀ ਹੋ ਗਿਆ, ਸ਼ਹਿਰਾਂ ਦੇ ਲਾਗੇ ਖਤਮ ਹੋ ਗਿਆ, ਜਿਵੇਂ ਫਿਰ ਲੁਧਿਆਣਾ ਹੀ ਹੈ, ਦੁਆਲੇ 28 ਪਿੰਡ ਖਤਮ ਹੋ ਗਏ। ਹਾਲੇ ਦੂਰ ਦਾਡੇ ਇਲਾਕੇ, ਨੀਮ ਪਹਾੜੀ ਇਲਾਕੇ, ਉਹਨਾਂ ਦੇ ਵਿੱਚ ਬਹੁਤ ਕੁਛ ਪਿਆ, ਅਤੇ ਉਹਨੂੰ ਸਾਂਭਣ ਦੀ ਲੋੜ ਹੈ, ਅਤੇ ਇਹ ਦਵਿੰਦਰਪਾਲ ਉਸਨੂੰ ਸਾਂਭ ਰਿਹਾ, ਮੈਨੂੰ ਚੰਗਾ ਲੱਗਾ। ਹਰ ਫੋਟੋ ਇੱਕ ਨਵੀਂ ਕਹਾਣੀ ਪੇਸ਼ ਕਰਦੀ ਆ, ਔਰ ਹਰ ਫੋਟੋ ਜਿਹੜੀ ਆ ਉਹ ਉਸ ਨੂੰ ਦੂਜੀ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਪਰ ਹਾਂਜੀ ਸਰ, ਬਿਲਕੁਲ ਦੇਖਿਆ ਗਿਆ ਹੈ ਕਿ ਸਰ ਲੁਧਿਆਣਾ, ਸਮਾਰਟ ਸਿਟੀ ਲੁਧਿਆਣਾ 'ਚ ਜਿਹੜੀ ਫੋਟੋ ਐਗਜ਼ੀਬਿਸ਼ਨਸ ਨੇ ਚੰਡੀਗੜ੍ਹ ਦੇ ਮੁਕਾਬਲੇ ਬਹੁਤ ਘੱਟ ਲੱਗਦੀਆਂ ਨੇ, ਅਤੇ ਸਾਡੇ ਲੁਧਿਆਣਵੀ ਜਿਹੜੇ ਹੈਗੇ ਨੇ ਬਹੁਤ ਘੱਟ ਦਿਲਚਸਪੀ ਲੈਂਦੇ ਆ ਫੋਟੋ ਐਗਜ਼ੀਬਿਸ਼ਨਸ ਦੇ। ਸਰ ਕੀ ਕਾਰਨ ਆਉਂਦਾ? ਨਹੀਂ, ਇਹੋ ਜਿਹੀ ਗੱਲ ਨਹੀਂ ਹੈਗੀ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਅਸੀਂ 1972 ਤੋਂ ਇੱਥੇ ਫੋਟੋਗ੍ਰਾਫੀ ਕਰਦੇ ਹਾਂ, ਔਰ ਸਾਰੇ ਕਲੱਬ ਜਿਹੜੇ ਨੇ ਜਿੰਨੇ ਤਕਰੀਬਨ ਮੇਰੇ ਕਰਕੇ ਹੋਣ 'ਚ ਆਏ ਨੇ, ਪਹਿਲਾਂ ਵੀ ਲਾਏ ਗਏ, ਅਸੀਂ ਵੀ ਹੁਣ ਆਪਣੇ ਕਲੱਬ 35 ਵੱਲੋਂ ਹੀ ਇਹ ਫੋਟੋ ਐਗਜ਼ੀਬਿਸ਼ਨ ਲਾਈ ਹੈ। ਤੁਸੀਂ ਜਾਂਦੇ ਹੁੰਦੇ ਦੇਸ਼ ਦੇ ਵਿਦੇਸ਼ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਜੀ? ਇਹ ਕਹਿੰਦੇ ਵੀ ਜਿਹੜਾ ਜੀਵਨ ਹੈ ਉਹ ਕਲਾ 'ਤੇ ਹੁੰਦਾ, ਕਲਾ ਜੀਵਨ 'ਤੇ ਨਹੀਂ ਹੁੰਦੀ ਜੀ। ਜੇ ਤੁਸੀਂ ਕਲਾ 'ਤੇ ਟੇਕ ਰੱਖੋਗੇ ਤਾਂ ਤੁਹਾਡਾ ਜੀਵਨ ਜਿਹੜਾ ਆ ਉਹ ਸੁਖਦ ਹੋ ਜਾਏਗਾ, ਅਤੇ ਜੇ ਤੁਸੀਂ ਕਹੋਗੇ ਵੀ ਮੈਂ ਜੀਵਨ ਜੀ ਲਵਾਂ ਅਤੇ ਕਲਾ ਨੂੰ ਫਜ਼ੂਲ ਸਮਝਦੇ ਹੋ ਤਾਂ ਤੁਹਾਡੇ ਜੀਵਨ 'ਚ ਦੁੱਖ ਹੀ ਦੁੱਖ ਆਉਣਗੇ। ਸੋ ਸੁੱਖ ਲੈਣ ਲਈ ਕਲਾ ਨੂੰ ਆਪਣੇ ਨਾਲ ਜੋੜੋ ਕਿਸੇ ਵੀ ਕਿਸਮ ਦੀ ਨੂੰ। ਸੋ ਦੋਸਤੋ, ਤੁਸੀਂ ਦੇਖਿਆ ਦਵਿੰਦਰਪਾਲ ਸਿੰਘ ਰੰਗੀ ਨੇ ਫੋਟੋ ਐਗਜ਼ੀਬਿਸ਼ਨ ਥਰੂ ਜਿਹੜਾ ਹੈਗਾ ਪਿੰਡ ਦਾ ਮਾਹੌਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਣਾ। ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ।